ਪੰਜਾਬ ਦੇ ਵਿੱਚ ਪਿਛਲੇ ਦਿਨੀ ਤੇਜ਼ ਮੀਂਹ ਪੈਣ ਦੇ ਨਾਲ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਕਈ ਥਾਵਾਂ ਤੇ ਸਥਿਤੀ ਕਾਫੀ ਡਰਾਵਨੀ ਨਜ਼ਰ ਆ ਰਹੀ ਹੈ, ਜਿੱਥੇ ਤੇਜ਼ ਮੀਂਹ ਪੈਣ ਦੇ ਨਾਲ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਵੜ ਚੁੱਕਿਆ। ਲੋਕ ਛੱਤਾਂ ਦੇ ਉੱਪਰ ਰਹਿਣ ਨੂੰ ਮਜਬੂਰ ਨੇ। ਉੱਥੇ ਦੱਸੀ ਕਿ ਹਾਈਵੇ ਕਈ ਥਾਵਾਂ ਤੇ ਪਾਣੀ ਦੇ ਵਿੱਚ ਤਬਦੀਲ ਹੋ ਚੁੱਕੇ ਨੇ। ਦਰਿਆਵਾਂ ਦਾ ਪਾਣੀ ਉਫਾਨ ਤੇ ਚੱਲ ਰਿਹਾ ਹੈ। ਸੁਖਨਾ ਲੇਕ ਦੇ ਜਿਹੜੇ ਨੇ ਫਲੱਡ ਗੇਟ ਬੀਤੇ ਕੱਲ ਹੀ ਖੋਲ ਦਿੱਤੇ ਗਏ ਸੀ। ਉੱਥੇ ਦੱਸੀ ਕਿ ਹੁਣ ਸਤਲੁਜ ਨਦੀ ਵੀ ਜਿਹੜੀ ਹੈ ਉਹ ਉਫਾਨ ਤੇ ਚੱਲ ਰਹੀ ਹੈ, ਉਹ ਡੇਂਜਰ ਜ਼ੋਨ ਦੇ ਵਿੱਚ ਚੱਲ ਰਹੀ ਹੈ। ਉੱਥੇ ਦੱਸੀ ਕਿ ਲੋਕ ਕਾਫੀ ਸਹਿਮੇ ਹੋਏ ਨੇ, ਜਿਹੜੇ ਦਰਿਆ ਕੰਢੇ ਲੋਕ ਰਹਿੰਦੇ ਨੇ ਉਹ ਕਾਫੀ ਸਹਿਮੇ ਹੋਏ ਨੇ। ਉੱਥੇ ਦੱਸਦੀ ਹੈ ਕਿ ਕਈ ਥਾਵਾਂ ਤੇ ਪਿੰਡਾਂ ਦੀ ਕਨੈਕਟੀਵਿਟੀ ਟੁੱਟ ਚੁੱਕੀ ਹੈ, ਕਈ ਥਾਵਾਂ ਤੇ ਪਿੰਡ ਖਾਲੀ। ਪ੍ਰਸ਼ਾਸਨ ਦੇ ਵੱਲੋਂ ਅਹਿਤਿਆਤਨ ਤੌਰ ਤੇ ਕਰਵਾਏ ਗਏ ਨੇ। ਉੱਥੇ ਦੱਸਦੀ ਹੈ ਕਿ 5 ਜ਼ਿਲ੍ਹੇ ਪੰਜਾਬ ਦੇ ਵਿੱਚ ਕਾਫੀ ਪ੍ਰਭਾਵਿਤ ਦੱਸੇ ਜਾ ਰਹੇ ਨੇ, ਜਿਸ ਦੇ ਵਿੱਚੋਂ ਰੋਪੜ, ਮੋਹਾਲੀ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਦੱਸੇ ਜਾ ਰਹੇ ਨੇ, ਜਿੱਥੇ 5 ਜ਼ਿਲ੍ਹੇ ਨੇ ਜੋ ਕਿ ਕਾਫੀ ਪ੍ਰਭਾਵਿਤ ਦੱਸੇ ਜਾ ਰਹੇ ਨੇ, ਜਿੱਥੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਸਥਿਤੀ ਕਾਫੀ ਡਰਾਵਨੀ ਨਜ਼ਰ ਆ ਰਹੀ ਹੈ। ਉੱਥੇ ਦੱਸਦੀ ਹੈ ਕਿ ਉੱਥੇ ਅਹਿਤਿਆਤਨ ਤੌਰ ਤੇ ਸਕੂਲ ਕਾਲਜਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਵੀ ਆਪਣੇ ਕੁਝ ਪੇਪਰ ਜਿਹੜੇ ਨੇ ਮੁਲਤਵੀ ਕੀਤੇ ਗਏ ਨੇ। ਪੰਜਾਬ ਬੋਰਡ ਦੇ ਵੱਲੋਂ ਆਪਣੇ 5ਵੇਂ ਤੇ 8ਵੇਂ ਦੇ ਜਿਹੜੇ ਰੀਅਪੀਅਰ ਦੇ ਪੇਪਰ ਹੋਣੇ ਸੀਗੇ ਉਹ ਵੀ ਮੁਲਤਵੀ ਕੀਤੇ ਗਏ ਨੇ, ਤੇ ਉੱਥੇ ਦੱਸਦੀ ਹੈ ਕਿ ਕਈ ਥਾਵਾਂ ਦੇ ਵਿੱਚ ਛੁੱਟੀ ਕੀਤੀ ਗਈ ਹੈ। ਜਲੰਧਰ ਦੇ ਸ਼ਾਹਕੋਟ ਤੇ ਫਿਲੌਰ ਦੇ ਇਲਾਕੇ ਦੇ ਵਿੱਚ ਵੀ ਜਿਹੜੀ ਹੈ ਇਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਅਹਿਤਿਆਤਨ ਤੌਰ ਤੇ ਛੁੱਟੀ ਕਰ ਦਿੱਤੀ ਗਈ ਹੈ। ਕਈ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਨਜ਼ਰ ਪਾਣੀ ਭਰ ਗਿਆ ਦੱਸਿਆ ਜਾ ਰਿਹਾ। ਉੱਥੇ ਦੱਸਦੀ ਕਿ ਕਈ ਥਾਵਾਂ ਤੇ ਹੜ੍ਹ ਵਰਗੇ ਹਾਲਾਤ ਬਣੇ ਨੇ। ਦੱਸਦੀ ਕਿ ਬੀਤੇ ਕੱਲ ਤੋਂ ਹੀ ਅਜਿਹੀਆਂ ਤਸਵੀਰਾਂ ਆ ਰਹੀਆਂ ਨੇ, ਡਰਾਵਨੀਆਂ ਤਸਵੀਰਾਂ ਨੇ, ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਭਰ ਚੁੱਕਿਆ ਹੈ, ਖੇਤਾਂ ਦੇ ਵਿੱਚ ਪਾਣੀ ਵੜ ਚੁੱਕਿਆ, ਕਈ ਏਕੜ ਫਸਲ ਜਿਹੜੀ ਹੈ ਪਾਣੀ ਦੀ ਮਾਰ ਹੇਠ ਆਈ ਹੈ। ਉੱਥੇ ਦੱਸਦੀ ਹੈ ਕਿ ਕਈ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ, ਜਿਸਦੀ ਇੱਕ ਤਸਵੀਰ ਜਿਹੜੀ ਹੈ ਬੀਤੇ ਕੱਲ ਖਰੜ ਤੋਂ ਸਾਹਮਣੇ ਆਈ ਸੀ, ਜਿੱਥੇ ਇੱਕ ਘਰ ਦੀ ਇਮਾਰਤ ਜਿਹੜੀ ਹੈ ਢਹਿ ਢੇਰੀ ਹੋਈ ਹੈ। ਤੇਜ਼ ਮੀਂਹ ਦੇ ਨਾਲ ਇਮਾਰਤ ਜਿਹੜੀ ਹੈ ਢਹਿ ਢੇਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਦੱਸਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਅਹਿਤਿਆਤਨ ਕਦਮ ਚੁੱਕੇ ਜਾ ਰਹੇ ਨੇ। ਫੌਜ ਨੂੰ ਅਲਰਟ ਰਹਿਣ ਲਈ ਕਿਹਾ ਗਿਆ, ਹੜ੍ਹ ਪ੍ਰਭਾਵਿਤ ਇਲਾਕੇ ਜਿਹੜੇ ਨੇ ਉੱਥੇ ਫੌਜ ਨੂੰ ਅਲਰਟ ਰਹਿਣ ਦੇ ਲਈ ਜਿਹੜਾ ਹੈ ਕਿਹਾ ਗਿਆ। ਉੱਥੇ ਦੱਸਦੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਜਿਹੜਾ ਹੈ ਉਹਨਾਂ ਦੇ ਵੱਲੋਂ ਦਿੱਤਾ ਗਿਆ। ਉੱਥੇ ਦੱਸਦੀ ਕਿ ਕਈ ਹੋਰ ਇਲਾਕੇ ਨੇ ਜਿੱਥੇ ਪਾਣੀ ਭਰਿਆ ਹੋਇਆ ਹੈ, ਦਰਿਆਵਾਂ ਦਾ ਪਾਣੀ ਲੈਵਲ ਵੀ ਜਿਹੜਾ ਹੈ ਖਤਰੇ ਨੂੰ ਪਾਰ ਕਰ ਗਿਆ। ਰੋਪੜ ਦੇ ਵਿੱਚ ਸਤਲੁਜ ਦਰਿਆ ਵੀ ਉਫਾਨ ਤੇ ਹੈ, ਘੱਗਰ ਨਦੀ ਦੇ ਵਿੱਚ ਵੀ ਹੜ੍ਹ ਵਰਗੀ ਹਾਲਾਤ ਜਿਹੜੇ ਨੇ ਬਣੇ ਹੋਏ ਨੇ, ਜਿਸਦੇ ਕਾਰਨ ਜ਼ੀਰਕਪੁਰ, ਡੇਰਾਬਸੇ ਦੇ ਕਈ ਇਲਾਕੇ ਜਿਹੜੇ ਨੇ ਹੜ੍ਹ ਦੀ ਮਾਰ ਹੇਠ ਆਏ ਨੇ, ਜਿੱਥੇ ਪਾਣੀ ਹੜ੍ਹ ਵਰਗੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਪਾਣੀ ਦੀ ਮਹਾਰ ਹੇਠ ਜਿਹੜੇ ਆਏ ਨੇ। ਉੱਥੇ ਦੱਸਦੀ ਹੈ ਕਿ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮਿਠੇਰ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਲ ਸਰੋਤ ਵਿਭਾਗ ਨੇ ਭਾਰੀ ਬਾਰਿਸ਼ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੀ ਤਿਆਰੀ ਕਰ ਲਈ ਹੈ, ਅਣਚਾਹੀ ਸਥਿਤੀ ਪੈਦਾ ਹੋ ਸਕਦੀ ਹੈ। ਉੱਥੇ ਦੱਸਦੀ ਕਿ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ, ਜਿਸ ਦੇ ਨਾਲ ਅਧਿਕਾਰੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਥਾਵਾਂ ਤੇ ਕਾਰਵਾਈ ਕਰਨ ਦੇ ਲਈ ਕਿਹਾ ਗਿਆ। ਉੱਥੇ ਦੱਸਦੀ ਕਿ ਅਧਿਕਾਰੀਆਂ ਦੇ ਵੱਲੋਂ ਕੁਝ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਕੂਲ ਬੰਦ ਕੀਤੇ ਗਏ ਨੇ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਫੌਜ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ। ਉੱਥੇ ਦੱਸਦੀ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪੋਂਸ ਫੋਰਸ ਜਿਹੜੀ ਹੈ NDRF ਨੂੰ ਜਿਹੜਾ ਹੈ ਤੈਨਾਤ ਕਰ ਦਿੱਤਾ ਗਿਆ, ਤਾਂ ਕਿ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਿਆ ਜਾ ਸਕੇ। ਉੱਥੇ ਦੱਸਦੀ ਕਿ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ NDRF ਦੀਆਂ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ, ਫੌਜ ਨੂੰ ਚੌਕਸ ਰਹਿਣ ਦੇ ਲਈ ਕਿਹਾ ਗਿਆ। ਉੱਥੇ ਦੱਸਦੀ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਤਲੁਜ ਦਰਿਆ ਵੀ ਡੇਂਜਰ ਜ਼ੋਨ ਦੇ ਵਿੱਚ ਆ ਚੁੱਕਿਆ। ਆਲੇ ਦੁਆਲੇ ਜਿਹੜੇ 15 ਤੋਂ 20 ਪਿੰਡ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ। ਕਈ ਪਿੰਡ ਜਿਹੜੇ ਨੇ ਖਾਲੀ ਹੋ ਚੁੱਕੇ ਨੇ। ਉੱਥੇ ਦੱਸਦੀ ਕਿ ਸਤਲੁਜ ਦਰਿਆ ਦੇ ਹਾਲਾਤ ਵੀ ਵਿਗੜਦੇ ਹੋਏ ਨਜ਼ਰ ਆ ਰਹੇ ਨੇ। ਲਗਾਤਾਰ ਪਾਣੀ ਜਿਹੜਾ ਹੈ ਡੇਂਜਰ ਲੈਵਲ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ। ਉੱਥੇ ਦੱਸਦੀ ਕਿ ਸਤਲੁਜ ਨਦੀ ਦਾ ਜਿਹੜਾ ਇਹ ਦਰਿਆ ਹੈ ਉਹ ਵੀ ਉਫਾਨ ਤੇ ਚੜ ਰਿਹਾ। ਉੱਥੇ ਦੱਸਦੀ ਕਿ ਦਰਿਆ ਕੰਢੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੇਖਿਆ ਜਾ ਰਿਹਾ, ਕਿਉਂਕਿ ਤੇਜ਼ ਮੀਂਹ ਪੈਣ ਦੇ ਨਾਲ ਹੜ੍ਹ ਵਰਗੀ ਸਥਿਤੀ ਜਿਹੜੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਬਣੀ ਹੋਈ ਹੈ ਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਰਹਿਣ ਨੂੰ ਮਜਬੂਰ ਨੇ। ਕਈ ਸੁਰੱਖਿਅਤ ਥਾਵਾਂ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਨੌਜਵਾਨ ਵੀ ਜਿਹੜੇ ਨੇ ਤੈਨਾਤ ਨੇ, ਉੱਥੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਦੱਸਦੀ ਕਿ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ, ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਕਈ ਥਾਵਾਂ ਤੇ ਹਾਈਵੇ ਵੀ ਪਾਣੀ ਦੀ ਮਾਰ ਹੇਠ ਆਏ ਨੇ, ਸੜਕਾਂ ਦੇ ਉੱਪਰ ਪਾਣੀ ਭਰ ਚੁੱਕਿਆ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਚੁੱਕਿਆ, ਕਈ ਏਕੜ ਫਸਲ ਜਿਹੜੀ ਹੈ ਪਾਣੀ ਦੀ ਮਾਰ ਹੇਠ ਆਈ ਹੈ। ਉੱਥੇ ਦੱਸਦੀ ਕਿ ਸਤਲੁਜ, ਘੱਗਰ ਨਦੀ, ਸੁਖਨਾ ਲੇਕ ਜਿਹੜੀ ਹੈ ਡੇਂਜਰ ਜ਼ੋਨ ਦੇ ਵਿੱਚ ਆ ਰਹੇ ਨੇ। ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਜਾ ਚੁੱਕੇ ਨੇ, ਘੱਗਰ ਨਦੀ ਉਫਾਨ ਤੇ ਚੜ ਰਹੀ ਹੈ, ਸਤਲੁਜ ਦਰਿਆ ਜਿਹੜਾ ਹੈ ਉਹ ਵੀ ਡੇਂਜਰ ਜ਼ੋਨ ਦੇ ਵਿੱਚ ਚੜ ਰਿਹਾ ਤੇ ਆਲੇ ਦੁਆਲੇ ਜਿਹੜੇ ਪਿੰਡ ਨੇ ਉਹਨਾਂ ਨੂੰ ਅਲਰਟ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ। ਇਸ ਸੰਬੰਧੀ ਹੋਰ ਖ਼ਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੋਰਡ।